ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਫਤਿਹਗੜ੍ਹ ਸਾਹਿਬ ਵੱਲੋਂ ਵਿਭਾਗ ਦੇ ਦਫ਼ਤਰ ਵਿਖੇ ਡਾਕਟਰ ਇੰਦਰਪਾਲ ਸਿੰਘ ਸੰਧੂ ਮੁੱਖ ਖੇਤੀਬਾੜੀ ਅਫਸਰ ਦੀ ਅਗਵਾਈ ਵਿੱਚ ਧਰਤੀ ਦਿਵਸ ਮਨਾਇਆ ਗਿਆ, ਜਿਸ ਵਿੱਚ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨੇ ਅਤੇ ਮੁਲਾਜ਼ਮਾਂ ਨੇ ਧਰਤੀ ਨੂੰ ਸੋਹਣੀ, ਸਿਹਤਮੰਦ ਅਤੇ ਜੈਵਿਕ ਵਿਭਿੰਨਤਾ ਵਾਲੀ ਬਣਾਉਣ ਦੀ ਸਹੁੰ ਚੁੱਕੀ। ਉਹਨਾਂ ਨੇ ਤਹੱਈਆ ਕੀਤਾ ਕਿ ਜ਼ਮੀਨ ਦੀ ਖੂਬਸੂਰਤੀ ਅਤੇ ਸਿਹਤਯਾਬੀ ਨੂੰ ਬਰਕਰਾਰ ਰੱਖਣ ਲਈ ਵੱਖ ਵੱਖ ਉਪਰਾਲੇ ਕਰਨਗੇ। ਪਾਣੀ ਨੂੰ ਵੱਖ ਵੱਖ ਤਰੀਕਿਆਂ ਨਾਲ ਬਚਾਉਣ ਦੇ ਯਤਨ ਹੋਰ ਤੇਜ਼ ਕੀਤੇ ਜਾਣਗੇ ਅਤੇ ਵੱਧ ਤੋਂ ਵੱਧ ਰੁੱਖ ਲਗਾਏ ਜਾਣਗੇ। ਮੁੱਖ ਖੇਤੀਬਾੜੀ ਅਫਸਰ ਨੇ ਝੋਨੇ ਦੀ ਸਿੱਧੀ ਬਿਜਾਈ, ਬੈੱਡਾਂ ਉੱਪਰ ਝੋਨੇ ਦੀ ਬਿਜਾਈ, ਪੈਡੀ ਟਰਾਂਸਪਲਾਂਟਿੰਗ ਥੱਲੇ ਰਕਬਾ ਵਧਾਉਣ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਇਸ ਨਾਲ ਧਰਤੀ ਦੀ ਉਪਜਾਊ ਸ਼ਕਤੀ ਵੀ ਬਚੀ ਰਹੇਗੀ ਅਤੇ ਪਾਣੀ ਦੀ ਵੀ ਬੱਚਤ ਹੋਵੇਗੀ। ਇਸੇ ਤਰ੍ਹਾਂ ਉਹਨਾਂ ਨੇ ਜੈਵਿਕ ਵਿਭਿੰਨਤਾ ਲਈ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਪ੍ਰੇਰਦਿਆਂ ਕਿਹਾ ਕਿ ਜੈਵਿਕ ਵਿਭਿੰਨਤਾ ਤਹਿਤ ਕਈ ਪੰਛੀਆਂ ਦੀ ਲੋੜ ਕਿਸੇ ਦਰਖਤ 'ਤੇ ਵਾਸਾ ਕਰਨ ਦੀ ਹੁੰਦੀ ਹੈ ਅਤੇ ਕੁਝ ਪੰਛੀਆਂ ਦੀ ਵੱਖਰੇ ਦਰਖਤਾਂ ਦੀ ਚੋਣ ਹੁੰਦੀ ਹੈ। ਡਾਕਟਰ ਸੰਧੂ ਨੇ ਕਿਹਾ ਕਿ ਜਿਵੇਂ ਕੋਵਿਡ-19 ਸੰਬੰਧੀ ਪੁਲਿਸ, ਡਾਕਟਰਸ, ਪੈਰਾਮੈਡੀਕਲ ਸਟਾਫ ਲੜਾਈ ਲੜ ਰਹੇ ਹਨ, ਉਸੇ ਤਰ੍ਹਾਂ ਭਾਰਤ ਨੂੰ ਫੂਡ ਫਰੰਟ 'ਤੇ ਆਤਮ ਨਿਰਭਰ ਰੱਖਣ ਲਈ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ। ਇਸ ਮੌਕੇ ਡਾਕਟਰ ਨਰਿੰਦਰ ਵੀਰ ਸਿੰਘ ਮਾਨ, ਸਹਾਇਕ ਡਾਇਰੈਕਟਰ ਬਾਗਬਾਨੀ, ਡਾਕਟਰ ਵਿਪਿਨ ਰਾਮਪਾਲ, ਡਿਪਟੀ ਡਾਇਰੈਕਟਰ KVK ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ। ਕੈਮਰਾਮੈਨ ਆਕਾਸ਼ਦੀਪ ਦੇ ਨਾਲ ਚੰਦਨ ਨਾਗਪਾਲ ਦੀ ਵਿਸ਼ੇਸ਼ ਰਿਪੋਰਟ। ਸਿੰਘ ਜੜੀਆ, ਪਿੰਡ ਧਰਮਗੜ੍ਹ, ਅਤੇ ਮੈਂ ਆਪਣੇ ਖੇਤਾਂ ਦੇ ਵਿੱਚ ਕਦੇ ਵੀ ਅੱਗ ਨਹੀਂ ਲਾਈ। ਅੱਗ ਲਾਉਣ ਨਾਲ ਜਿਹੜੇ ਛੋਟੇ ਸਾਡੇ ਜੀਵਾਣੂ ਨੇ, ਜਿਹੜੇ ਮਿੱਤਰ ਪੰਛ ਜੀਵ ਨੇ, ਉਹਨਾਂ ਨੂੰ ਅੱਗ ਨਾਲ ਖਰਾਬ ਹੁੰਦਾ ਅਤੇ ਗੰਡੋਏ ਵਗੈਰਾ ਨੇ ਜਿਹੜੇ ਸਾਡੀ ਜ਼ਮੀਨ ਦੇ ਵਿੱਚ ਬਹੁਤ ਜ਼ਿਆਦਾ ਪੈਦਾ ਹੁੰਦੇ ਨੇ। ਮੈਂ ਆਪਣੇ ਖੇਤਾਂ ਦੇ ਵਿੱਚ ਜਿੰਨੀ ਵੀ ਸਬਜ਼ੀ ਲਾਈ ਹੈ, ਜਿੰਨੇ ਵੀ ਕਣਕ, ਝੋਨਾ, ਇੱਥੋਂ ਤੱਕ ਵੀ ਆਪਣੀ ਜਿਹੜੀਆਂ ਸਬਜ਼ੀਆਂ ਨੇ ਅਤੇ ਪੱਠੇ ਨੇ, ਉਹ ਵੀ ਮੈਂ ਬੈੱਡਾਂ 'ਤੇ ਲਾਏ ਨੇ। ਬੈੱਡਾਂ ਦੇ ਉੱਤੇ ਲਾਉਣ ਨਾਲ ਜਿਹੜਾ ਪਾਣੀ ਦੀ ਬਹੁਤ ਵੱਡੀ ਸੇਵਿੰਗ ਹੁੰਦੀ ਹੈ ਅਤੇ ਉਹਦੇ ਸਾਡੇ ਜਿਹੜੇ ਮਿੱਤਰ ਕੀੜੇ ਨੇ ਜਿਵੇਂ ਗੰਡੋਆ ਵਗੈਰਾ ਬਹੁਤ ਜ਼ਿਆਦਾ ਪੈਦਾ ਹੁੰਦੇ ਨੇ। ਜਦੋਂ ਬਾਰਿਸ਼ ਜ਼ਿਆਦਾ ਪੈਂਦੀ ਹੈ, ਜਿਹੜਾ ਸਾਡਾ ਪਾਣੀ ਆ ਸਾਰਾ ਧਰਤੀ ਦੇ ਵਿੱਚ ਰੀਚਾਰਜ ਹੁੰਦਾ ਅਤੇ ਮੈਂ ਦੇਖਿਆ ਮੇਰੇ ਖੇਤਾਂ ਦੇ ਵਿੱਚ ਜਿਹੜਾ ਝਾੜ ਆ ਉਹ ਦੂਜੇ ਕਿਸਾਨਾਂ ਨਾਲੋਂ ਜ਼ਿਆਦਾ ਆਉਂਦਾ। ਕਿਹੜਾ ਪਿੰਡ ਹੈ ਜੀ ਆਪਣਾ? ਧਰਮਗੜ੍ਹ। ਧਰਮਗੜ੍ਹ, ਤੁਹਾਡਾ ਸ਼ੁਭ ਨਾਮ ਜੀ, ਇੱਕ ਵਾਰੀ ਫਿਰ ਦੱਸ ਦਿਓ, ਇੱਕ ਮੋਬਾਈਲ ਨੰਬਰ ਆਪਣਾ ਦੱਸ ਦਿਓ। ਬਲਵੀਰ ਸਿੰਘ ਜੜੀਆ, ਮੇਰਾ ਨੰਬਰ ਹੈ 98140 3166। ਅੱਜ ਖੇਤੀਬਾੜੀ ਵਿਭਾਗ ਦਫ਼ਤਰ ਫਤਿਹਗੜ੍ਹ ਸਾਹਿਬ ਵਿਖੇ ਧਰਤੀ ਦਿਵਸ ਮਨਾਇਆ ਗਿਆ, ਜਿਹਦੇ ਵਿੱਚ ਵੱਖ ਵੱਖ ਵਿਭਾਗ, ਖੇਤੀਬਾੜੀ ਤੋਂ ਇਲਾਵਾ ਬਾਗਬਾਨੀ ਵਿਭਾਗ, KVK ਕ੍ਰਿਸ਼ੀ ਵਿਗਿਆਨ ਕੇਂਦਰ, ਜੰਗਲਾਤ ਵਿਭਾਗ, ਭੂਮੀ ਰੱਖਿਆ ਵਿਭਾਗ, ਇਹ ਸਾਰੇ ਵਿਭਾਗਾਂ ਨੇ ਰਲ ਕੇ ਜਿਹੜਾ ਵਾ ਉਹ ਅੱਜ ਜਿਹੜਾ ਧਰਤੀ ਦਿਵਸ ਮਨਾਇਆ ਅਤੇ ਇੱਕ ਪਲੈਜ ਲਿਆ, ਸਹੁੰ ਖਾਧੀ ਆ ਵੀ ਅਸੀਂ ਕੋਸ਼ਿਸ਼ ਕਰਾਂਗੇ ਇਹਦੀ ਜਿਹੜੀ ਬਾਇਓਡਾਇਵਰਸਿਟੀ ਆ, ਇਹਦਾ ਜਿਹੜਾ ਅਸਲ ਜਿਹਦੀ ਇਹਦੀ ਖੂਬਸੂਰਤੀ ਆ ਧਰਤੀ ਦੀ, ਉਹਨੂੰ ਕਿਵੇਂ ਬਣਾ ਕੇ ਰੱਖਣਾ, ਇਹਦੇ ਪਾਣੀਆਂ ਨੂੰ ਕਿਵੇਂ ਬਚਾਉਣਾ, ਇਹਦੀ ਜ਼ਮੀਨ ਨੂੰ ਕਿਵੇਂ ਬਚਾਉਣਾ, ਇਹ ਸਾਰੇ ਕੁਛ ਨੂੰ ਚੰਗਾ ਬਣਾਉਣ ਲਈ ਅਤੇ ਸਾਰਿਆਂ ਜਣਿਆਂ ਨੇ ਆਪੋ ਆਪਣੇ ਜਿਹੜੇ ਕੀਮਤੀ ਸੁਝਾਅ ਆ ਉਹ ਦਿੱਤੇ ਆ। ਔਰ ਇਸੇ ਡਿਸਕਸ਼ਨ ਦੇ ਵਿੱਚੋਂ ਅੱਜ ਇਹ ਵੀ ਫੈਸਲਾ ਲਿਆ ਗਿਆ ਵੀ ਇਹ ਬੜੀ ਜ਼ਰੂਰੀ ਚੀਜ਼ ਆ, ਹਰ ਮਹੀਨੇ ਅਸੀਂ ਇਹ ਜਿੰਨੇ ਇੱਕ ਦੂਜੇ ਨਾਲ ਸੰਬੰਧਿਤ ਵਿਭਾਗ ਆ ਅਸੀਂ ਮੀਟਿੰਗਸ ਕਰਿਆ ਕਰਾਂਗੇ ਅਤੇ ਇਹਨੂੰ ਅਮਲ 'ਚ ਲਿਆਉਣ ਲਈ ਲੋਕਾਂ ਤੱਕ ਪਹੁੰਚ ਕਰਕੇ ਲੋਕਾਂ ਤੱਕ ਇਹ ਗੱਲ ਪਹੁੰਚਾਈ ਜਾਵੇਗੀ ਵੀ ਜੇ ਧਰਤੀ ਨੂੰ ਸੋਹਣੀ ਬਣਾਉਣਾ, ਇਹਦੀ ਉਹ ਦਿੱਖ ਜਿਹੜੀ ਆ ਦੁਬਾਰਾ ਬਰਕਰਾਰ ਰੱਖਣੀ ਆ, ਉਹਦੇ ਆਹ ਢੰਗ ਤਰੀਕੇ ਆ। ਅਤੇ ਲੋਕਾਂ ਕੋਲੋਂ ਵੀ, ਚਾਹੇ ਉਹ ਕਿਸਾਨ ਹੋਣ ਜਾਂ ਸਮਾਜ ਦਾ ਕੋਈ ਵੀ ਤਬਕਾ ਹੋਵੇ, ਉਹਨਾਂ ਕੋਲ ਪੁੱਛ ਕੇ ਦੁਬਾਰਾ ਜੋ ਵੀ ਉਹਦੇ ਉੱਤੇ ਜੇ ਕੋਈ ਚੰਗੀ ਗੱਲ ਹੋਊਗੀ ਉਹਨੂੰ ਦੂਜਿਆਂ ਲੋਕਾਂ ਦੇ ਵਿੱਚ ਤੁਹਾਡੇ ਮੀਡੀਆ ਰਾਹੀਂ, ਪ੍ਰੈਸ ਰਾਹੀਂ, ਟੈਲੀਵਿਜ਼ਨ ਦੇ ਰਾਹੀਂ ਜਾਂ ਲਿਟਰੇਚਰ ਦੇ ਰਾਹੀਂ ਇਹਨਾਂ ਨੂੰ ਲੋਕਾਂ ਤੱਕ ਪਹੁੰਚਾਉਣ ਦੀ ਜਿਹੜੀ ਆ ਉਹ ਯਤਨ ਕੀਤੇ ਜਾਣਗੇ। ਵਿਭਾਗਾਂ ਦਾ ਬਹੁਤ ਬਹੁਤ ਧੰਨਵਾਦ।